ESI ਹੋਸਪਿਟਲ ਆ ਗਿਆ ਫੋਕਲ ਪੁਆਇੰਟ ਦੇ ਵਿੱਚ, ਉਹਦੇ ਸਾਹਮਣੇ ਉਹ ਚਾਰ ਬੰਦਿਆਂ ਨੇ ਖੜ੍ਹੇ ਹੈ ਅਤੇ ਉਹਨਾਂ ਦੇ ਹੱਥ 'ਚ ਹਥਿਆਰ ਸੀ, ਇੱਕ ਦੇ ਹੱਥ 'ਚ ਬੈਟ ਸੀ, ਇੱਕ ਦੇ ਹੱਥ 'ਚ ਕਾਪਾ ਸੀ। ਉਹਨਾਂ ਨੇ ਮੈਨੂੰ ਜਦੋਂ ਵੇਖਿਆ ਸਕੂਟਰ 'ਤੇ ਇਕੱਲਾ ਆਉਂਦਾ ਪਿਆ, ਉਹਨਾਂ ਨੇ ਮੇਰੇ ਸਿਰ 'ਤੇ ਪੂਰਾ ਉਹਨਾਂ ਨੇ ਵਾਰ ਕਰਕੇ ਮੈਨੂੰ ਦੇਖਤਾ ਅਤੇ ਮੇਰੀ ਜੇਬ 'ਚੋਂ ਉਹਨਾਂ ਨੇ ਮੋਬਾਈਲ ਅਤੇ ਮੇਰੇ ਜੇਬ 'ਚ ਪੈਸੇ ਸੀ 20,000 ਰੁਪਏ ਸਮਥਿੰਗ, ਉਹ ਕੱਢ ਕੇ ਅਤੇ ਮੈਂ ਰੋਲਾ ਰੋਲਾ ਪਾਇਆ ਜਦੋਂ ਅਤੇ ਉਹ ਭੱਜ ਗਏ ਉਹ ਜੀ। ਇਹ ਉਹ ਇੰਨੀ ਦੇਰ ਦੇ ਵਿੱਚ ਉਹਨਾਂ ਨੇ ਸਾਰੀ ਕਾਰਵਾਈ ਕਰਕੇ ਭੱਜ ਗਏ ਅਤੇ ਮੇਰੇ ਉਹਨਾਂ ਨੇ ਸਿਰ 'ਤੇ ਜਾਂ ਕਾਪਾ ਮਾਰਿਆ, ਇਹ ਵਾਹਿਗੁਰੂ ਦੀ ਕਿਰਪਾ ਬਚਾਅ ਹੋ ਗਿਆ ਵੀ ਮੇਰੇ। ਮੈਂ ਉਸ ਸਕੂਟਰ ਚੱਕਿਆ ਅਤੇ ਘਰ ਜਾ ਵੜਿਆ ਅਤੇ ਫਿਰ ਉਹ ਹੋਸਪਿਟਲ ਆਇਆ। ਪੈਸ਼ਨ ਤੋਂ ਇਹ ਮੰਗ ਕਰਦਾ ਵੀ ਜੇ ਆਹ ਚੀਜ਼ਾਂ ਹੋ ਰਹੀਆਂ ਅਤੇ ਪ੍ਰਸ਼ਾਸਨ ਕੀ ਕਰ ਰਿਹਾ। ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਮੇਰੇ ਨਾਲ ਵਾਪਰੀ ਹੈ, ਇਹ ਆ ਇਹ ਅੱਜ ਜਾਨ ਬਚ ਗਈ ਹੈ ਮੇਰੀ, ਨਹੀਂ ਤਾਂ ਉਹਨਾਂ ਨੇ ਤਾਂ ਕੋਸ਼ਿਸ਼ ਕੀਤੀ ਸੀ ਵੀ ਸਿਰ 'ਤੇ ਜਿਵੇਂ ਕਾਪਾ ਮਾਰਿਆ ਸੀ ਵੀ ਉਹ ਲੁੱਟ ਤਾਂ ਲੈ, ਲੁੱਟਣ ਨਾਲ ਤਾਂ ਹੈ ਹੀ ਆ ਵੀ ਲੁੱਟ ਤਾਂ ਲੈ ਹੀ ਲਿਆ, ਨੁਕਸਾਨ ਤਾਂ ਮੇਰਾ ਕਰ ਹੀ ਦਿੱਤਾ ਉਹਨਾਂ ਨੇ, ਪਰ ਇਹ ਵੀ ਮੇਰੀ ਜਾਨ ਬਚ ਗਈ, ਮੇਰੀ ਅੱਖ ਵੀ ਬਚ ਗਈ, ਨਹੀਂ ਤਾਂ ਅੱਖ ਦੇ ਵਿੱਚ ਅੱਜ ਸੀ ਵੀ ਅੱਖ ਦੇ ਵਿੱਚ ਵੱਜ ਜਾਂਦਾ। ਅਤੇ ਹੁਣ ਇਹਨਾਂ ਨੇ ਡਾਕਟਰ ਸਾਹਿਬ ਨੇ ਮੇਰੇ ਸਟਿਚ ਲਾਏ ਹੈ। ਦੇਖੋ ਹਮਲਾ ਹੋਇਆ ਜੀ, ਬਹੁਤ ਮਾੜੀ ਗੱਲ ਆ ਜੀ, ਵਪਾਰੀ ਕਿਸੇ ਸੇਫ ਹੈ ਨਹੀਂਗਾ, ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ, ਕੁੱਲ ਬੰਦਾ ਪਰੇਸ਼ਾਨ ਹੈ ਜੀ। ਅਤੇ ਹੁਣ ਵੀ ਚਲੋ ਘੰਟਾ ਹੋ ਗਿਆ, ਕੋਈ ਆਇਆ ਹੀ ਨਹੀਂ, 4 ਵਜੇ ਕੱਲ੍ਹ ਵਾਸਤੇ ਵੀ ਨਹੀਂ ਆਇਆ ਹੈਗਾ ਜੀ। ਅਤੇ ਇਹ ਵਾਰਦਾਤਾਂ ਹੋ ਰਹੀਆਂ ਦਿਨੋਂ ਦਿਨ, ਹਰ ਕੋਈ ਵਾਰਤ ਹੋ ਗਈ, 100 ਪੰਜਾਹ ਵਿੱਚ ਵਾਰਦਾਤ ਹੋਈ ਜਾਂਦੀ ਹੈ, ਤੁਸੀਂ ਘਰੋਂ ਨਿਕਲਦੇ ਵੀ ਸੇਫ ਨਹੀਂ ਹੈਗੇ ਆਪਦੇ। ESI ਹੋਸਪਿਟਲ ਆ ਗਿਆ ਫੋਕਲ ਪੁਆਇੰਟ ਦੇ ਵਿੱਚ ਜੀ, ਉਹਦੇ ਸਾਹਮਣੇ ਉਹ ਚਾਰ ਬੰਦਿਆਂ ਨੇ ਖੜ੍ਹੇ ਹੈ ਅਤੇ ਉਹਨਾਂ ਦੇ ਹੱਥ 'ਚ ਹਥਿਆਰ ਸੀ, ਇੱਕ ਦੇ ਹੱਥ 'ਚ ਬੈਟ ਸੀ, ਇੱਕ ਦੇ ਹੱਥ 'ਚ ਕਾਪਾ ਸੀ। ਉਹਨਾਂ ਨੇ ਮੈਨੂੰ ਜਦੋਂ ਵੇਖਿਆ ਸਕੂਟਰ 'ਤੇ ਇਕੱਲਾ ਆਉਂਦਾ ਪਿਆ, ਉਹਨਾਂ ਨੇ ਮੇਰੇ ਸਿਰ 'ਤੇ ਪੂਰਾ ਉਹਨਾਂ ਨੇ ਵਾਰ ਕਰਕੇ ਮੈਨੂੰ ਦੇਖਤਾ ਅਤੇ ਮੇਰੀ ਜੇਬ 'ਚੋਂ ਉਹਨਾਂ ਨੇ ਮੋਬਾਈਲ ਅਤੇ ਮੇਰੇ ਜੇਬ 'ਚ ਪੈਸੇ ਸੀ 20,000 ਰੁਪਏ ਸਮਥਿੰਗ, ਉਹ ਕੱਢ ਕੇ ਅਤੇ ਮੈਂ ਰੋਲਾ ਰੋਲਾ ਪਾਇਆ ਜਦੋਂ ਅਤੇ ਉਹ ਭੱਜ ਗਏ ਉਹ ਜੀ। ਇਹ ਉਹ ਇੰਨੀ ਦੇਰ ਦੇ ਵਿੱਚ ਉਹਨਾਂ ਨੇ ਸਾਰੀ ਕਾਰਵਾਈ ਕਰਕੇ ਭੱਜ ਗਏ ਅਤੇ ਮੇਰੇ ਉਹਨਾਂ ਨੇ ਸਿਰ 'ਤੇ ਜਾਂ ਕਾਪਾ ਮਾਰਿਆ, ਇਹ ਵਾਹਿਗੁਰੂ ਦੀ ਕਿਰਪਾ ਬਚਾਅ ਹੋ ਗਿਆ ਵੀ ਮੇਰੇ। ਮੈਂ ਉਸ ਸਕੂਟਰ ਚੱਕਿਆ ਅਤੇ ਘਰ ਜਾ ਵੜਿਆ ਅਤੇ ਫਿਰ ਉਹ ਹੋਸਪਿਟਲ ਆਇਆ। ਪੈਸ਼ਨ ਤੋਂ ਇਹ ਮੰਗ ਕਰਦਾ ਵੀ ਜੇ ਆਹ ਚੀਜ਼ਾਂ ਹੋ ਰਹੀਆਂ ਅਤੇ ਪ੍ਰਸ਼ਾਸਨ ਕੀ ਕਰ ਰਿਹਾ। ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਮੇਰੇ ਨਾਲ ਵਾਪਰੀ ਹੈ, ਇਹ ਅੱਜ ਜਾਨ ਬਚ ਗਈ ਹੈ ਮੇਰੀ, ਨਹੀਂ ਤਾਂ ਉਹਨਾਂ ਨੇ ਤਾਂ ਕੋਸ਼ਿਸ਼ ਕੀਤੀ ਸੀ ਵੀ ਸਿਰ 'ਤੇ ਜਿਵੇਂ ਕਾਪਾ ਮਾਰਿਆ ਸੀ ਵੀ ਉਹ ਲੁੱਟ ਤਾਂ ਲੈ, ਲੁੱਟਣ ਨਾਲ ਤਾਂ ਹੈ ਹੀ ਆ ਵੀ ਲੁੱਟ ਤਾਂ ਲੈ ਹੀ ਲਿਆ, ਨੁਕਸਾਨ ਤਾਂ ਮੇਰਾ ਕਰ ਹੀ ਦਿੱਤਾ ਉਹਨਾਂ ਨੇ, ਪਰ ਇਹ ਵੀ ਮੇਰੀ ਜਾਨ ਬਚ ਗਈ, ਮੇਰੀ ਅੱਖ ਵੀ ਬਚ ਗਈ, ਨਹੀਂ ਤਾਂ ਅੱਖ ਦੇ ਵਿੱਚ ਅੱਜ ਸੀ ਵੀ ਅੱਖ ਦੇ ਵਿੱਚ ਵੱਜ ਜਾਂਦਾ। ਅਤੇ ਹੁਣ ਇਹਨਾਂ ਨੇ ਡਾਕਟਰ ਸਾਹਿਬ ਨੇ ਮੇਰੇ ਸਟਿਚ ਲਾਏ ਹੈ। ਦੇਖੋ ਹਮਲਾ ਹੋਇਆ ਜੀ, ਬਹੁਤ ਮਾੜੀ ਗੱਲ ਆ ਜੀ, ਵਪਾਰੀ ਕਿਸੇ ਸੇਫ ਹੈ ਨਹੀਂਗਾ, ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ, ਕੁੱਲ ਬੰਦਾ ਪਰੇਸ਼ਾਨ ਹੈ ਜੀ। ਅਤੇ ਹੁਣ ਵੀ ਚਲੋ ਘੰਟਾ ਹੋ ਗਿਆ, ਕੋਈ ਆਇਆ ਹੀ ਨਹੀਂ, 4 ਵਜੇ ਕੱਲ੍ਹ ਵਾਸਤੇ ਵੀ ਨਹੀਂ ਆਇਆ ਹੈਗਾ ਜੀ। ਅਤੇ ਇਹ ਵਾਰਦਾਤਾਂ ਹੋ ਰਹੀਆਂ ਦਿਨੋਂ ਦਿਨ, ਹਰ ਕੋਈ ਵਾਰਤ ਹੋ ਗਈ, 100 ਪੰਜਾਹ ਵਿੱਚ ਵਾਰਦਾਤ ਹੋਈ ਜਾਂਦੀ ਹੈ, ਤੁਸੀਂ ਘਰੋਂ ਨਿਕਲਦੇ ਵੀ ਸੇਫ ਨਹੀਂ ਹੈਗੇ ਆਪਦੇ।